دوبر وارث امام زمانہ علیہ السلام، بسم اللہ الرحمن الرحیم، اللہم کن ولیک الحجت من الحسن صلواتک علیہ وعلی ابیہ فیہا عز ساتم وفی کل ساعت من ساعت لیل و النہار ولیاً وحافظاً وقائداً وناصراً ودلیلاً وعائناً حتی تسکنہ ورزقہ تمن وتمتعو فیہا طویلا۔ رب صلی علی محمد و آل محمد۔ ذکر دا صدقہ مالک تو رٹرایا قبول فرماؤں۔ بانیان میرے ذات الویران دی پھوڑی وچھائی سنگ نگاراں دی رپٹی بارہویں سرکار پاک دربار وچ قبول فرماؤں۔ میرے اللہ تے کچوڑن دی عزت دا واسطہ پاک بی بی دے روزے دی حفاظت فرما۔ لکھاں دی دعا ساڈے وارث دے ظہور تاجیل فرما۔ دعاواں دی قبولیت دی خاطر مل کے بلند صلوات۔ نے واجب سمجھ کے ناظم کائنات وارث امام زمانہ دی آمد تے بلند صلوات پڑھو جی۔ اجازت دی ذکر پاک شروع کریے جی۔ ایک ذکر پاک دی قبولیت دی خاطر اتنی بلند صلوات جتنا ذہن چ حسین بلند ہے۔ اللہم صل علی محمد۔ اعوذ باللہ من الشیطان الرجیم۔ بسم اللہ الرحمن الرحیم۔ صلوات صل علی محمد۔ الحمدللہ رب العالمین، الصلاۃ والسلام علی سید الانبیاء والمرسلین۔ صلوات الصلاۃ والسلام علی احسن مسموم مالا حسین المظلوم مقتول فی الارض کربلا لکھیاں تے لٹیاں بینی دا تصابرا تے کو امڑی سمجھ کے منگدا۔ اے قبول ہوئی حکم، آئی حکم دی تعمیل چ جڑا علی اکبر دا مسئے پڑیندا پے ہوئے کوئی بندہ بے پرواہی چ کرے اس نے شام دا قیدی تلیاں ٹیک اٹھدا ہے آ دن تیرا جرم نائی تے ڈٹھا جو نا رومن دا پتہ لگنا خبر چ ہولی ہولی آواز سی پیار نال پوچھے میری اندھیاں نوں روندا رہے کربلا دا غریب بیند سامنے ج بیٹھے جیویں نماز تے شوت بند اکھاں وسدیاں پئیاں تے رو رو کے سیدا دے تے کو امڑی سمجھ کے منگدا تے آئے پنج تن پاک دیا دے سیدہ دے میری نہیں نبھدی مخدوم نانے تو مینو اکبر پتار ولاد اتنی اکائے کرنا للمو مل گوا بنو جی سیدہ دے تے دوا دا ماسلان دید تے ہون تھی گئی ختام میں آدے میں سہرا پاؤڑا ہے اکبر کو کر بین مہدی امداد۔ آئے قبول ہو بسم اللہ کرا تے دوا دا مسلہ دیدہ ہون تھی گئی ختام میں آدے میں سہرا پاؤن ہے اکبر کو کر بین میری۔ چلو جی نہ آئے نہیں کیتی باویر بھی موجود ہیں کچھ ایسے سوال ہی ہوندے جا در تے آ کھڑ دے نہ منگ دے نہیں اگلے پہلے دے چھوڑے دے بولو
ਪਤਾ ਕਿਉਂ ਸੀ ਉਹਦੇ ਚਿਹਰੇ ਤੋਂ ਪਤਾ ਲੱਗ ਸੀ ਜੋ ਇਹ ਮੰਗਣ ਵਾਲਾ ਨਹੀਂ ਸ਼ਾਲਸ਼ੀਆ ਨਾ ਹੋਏ ਜਾਂਦੀ ਆਏ ਨਾ ਨਿਕਲੇ ਜਦੋਂ ਸ਼ਬੀਰ ਫਰਮਾਇਆ ਆਲੀਆ ਮੈਨੂੰ ਨਾਨ ਦੀਆਂ ਸ਼ਕਲਾਂ ਵਾਲਾ ਬਚੜਾ ਵਲਾ ਦੇ ਮਾਂ ਦੀ ਚਾਦਰ ਨਾਲ ਫਿਰਾ ਦੀਆਂ ਅੱਖਾਂ ਸਫਾ ਕੀਤੀ ਆਦਿ ਰੋਂਦਾ ਕਿਉਂ ਹੈ ਕਹਿ ਕੀਮਤ ਤੇ ਠੁਕਰਾ ਨਾ ਸੰਗਦੀ ਤੇ ਤੇਰਾ ਪਹਿਲਾ ਵੀਰ ਸਵਾਲ ਤੈ ਇੱਕ ਅਖਬਾਰ ਮੈਥੋਂ ਮੰਗਿਆ ਏ ਮੈਂ ਦਿੰਦੀਆਂ ਜੋੜੀ ਆਪਣੇ ਦੁੱਖਾਂ ਚ ਕਰਾਇਆ ਆਏ ਨਾ ਕਰੋ ਅੱਲਾ ਕਰਬਲਾ ਲੈ ਵਣੀ ਜੀ ਬਿਸਮਿਲ੍ਲਾ ਮੈਂ ਲੱਖ ਵਾਰੀ ਆਗਾ ਕਹਿ ਕੀਮਤ ਤੇ ਠੁਕਰਾ ਨਾ ਸੰਗਦੀ ਤੇਰਾ ਪਹਿਲਾ ਵੀਰ ਸਵਾਲੇ ਤੈ ਇੱਕ ਅਖਬਾਰ ਮੈਥੋਂ ਮੰਗਿਆ ਏ ਮੈਂ ਦਿੰਦੀਆਂ ਜੋੜੀ ਚਲੋ ਰੋਂਦੇ ਪਏ ਹੋ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਮੈਂ ਲੱਖ ਵਾਰੀ ਅੱਖ ਬਾਨੀ ਮਜਲਿਸ ਅਜਮਾਵਾਂ ਦੀਆਂ ਤੇਰੀਆਂ ਮਹਿਮਾਨ ਓ ਤੇਰਾ ਵਾਦਾ ਮਸਲਾ ਦੀਦਾ ਓ ਲੱਥੀ ਗਈ ਖਤਾਮ ਮਿਆਦ ਮੈਂ ਸਿਹਰਾ ਪਾਵਣ ਆ ਬਚੜੇ ਕੋ ਕਰ ਬੇਨ ਮੇਰੀ ਇਮਦਾਦ ਅੱਲਾ ਗਵਾਏ ਜਿੰਨਾ ਇਹ ਕੀਤੀ ਅਕਬਰ ਪਾਲਣ ਵਾਲੀ ਮਾਂ ਉਹਦੇ ਖੇਮੇ ਬੀਬੀਆਂ ਦੀਆਂ ਮੇਰੀ ਝੋਲੀ ਸ਼ਾਮ ਮਾਂ ਦਾ ਹੁਕਮ ਮੰਨ ਕੇ ਸੁੱਤੇ ਪਹਿਲੇ ਹੱਥ ਚੁੰਮੇ ਪੇਸ਼ਾਨੀ ਸੱਜਾ ਰੁਖਸਾਰ ਵਰਤਾ ਦੀ ਮਿੰਨਤ ਲਾ ਕਮੀਜ਼ ਦੇ ਬਟਨ ਖੋਲ ਅਲੀ ਅਕਬਰ ਬਟਨ ਖੋਲ ਸੀਨਾ ਚਮਕਿਆ ਦੀ ਇਸ਼ਾਲਾ ਹੱਥ ਭਜ ਪਈ ਹਾਏ ਬੀਬੀ ਆਦੀ ਉਹਨੂੰ ਕਿਹੜਾ ਪਤਾ ਮੈਂ ਕਿਵੇਂ ਪਲੈਂਦੀ ਰਹੀ ਹਾਂ ਹੁਸੈਨ ਦੇ ਅਲੀ ਅਕਬਰ ਨੂੰ ਨਾ ਰੋਸੇ ਤਾਂ ਕਹਿਣ ਰੋਸੇ ਜਿੰਨਾ ਹੁਣ ਤਾਈਂ ਹਾਏ ਨਹੀਂ ਕੀਤੀ ਅੱਲਾ ਗਵਾਏ ਅਕਬਰ ਦੀਆਂ ਅੱਖਾਂ ਵਸੀਆਂ ਅੰਮਾ ਮੈਂ ਅੱਜ ਕੁਝ ਮੰਗਣ ਆਇਆ ਖਾਲੀ ਤਨ ਵਲਸ ਰੋ ਕੇ ਆਦੀ ਜੋ ਮੰਗਦਾ ਹੈ ਮੰਗ ਮੈਂ ਹਾਜ਼ਰਾ ਨਹੀਂ ਆਮ ਸ਼ਕਲ ਰਸੂਲ ਅੱਲਾ ਦਾ ਤੂੰ ਮੌਤ ਵੱਧ ਕੇ ਕੇ ਮੰਗਸੇ ਅਜ਼ਮਾ ਨਹੀਂ ਹੌਸਲਾ ਓ ਜ਼ੈਨਬ ਕਲਸੂਮ ਦੀ ਸੰਗਤ ਦੇ ਵਿੱਚੋਂ ਜੱਟ ਨੇ ਬੋਏ ਸੀ ਲੈਲਾ ਦਾ ਓ ਮੈਂ ਕੋਈ ਤੁਹਾਡਾ ਸਮੈਂ ਕੇ ਲਿਖਣੇ ਜੇ ਆਵੇ ਖਾਤ ਸਵਾ ਵਾਹ ਵਾਹ ਬਤੂਲ ਦੀਆਂ ਧੀਆਂ ਰਾਜ਼ੀ ਹੋਣੇ ਆਪਣਾ ਦੁੱਖਾਂ ਚ ਕਦੇ ਆਏ ਨਾ ਕਰੋ ਇੱਕ ਸੱਤਰ ਹੋਰ ਬਾਬਰਾਂ ਦੇ ਹਵਾਲੇ ਮੈਂਬਰ ਬਿਸਮਿਲਾ ਆ ਜਾਓ ਆ ਵਨੋ ਆ ਜਾਓ ਇੱਜ਼ਤ ਲਵੀ ਰਹੀ ਖੜ ਗਏ ਮੈਂ ਖੜਨ ਨਹੀਂ ਦਿੱਤਾ ਰੋਵਣ ਦਾ ਪਤਾ ਲੱਗਣਾ ਕਬਰ ਚ ਆਪਣੇ ਪਰਾਏ ਰਿਸ਼ਤੇਦਾਰ ਛੋੜ ਵਿੱਚ ਹੌਲੇ ਹੌਲੇ ਆਵਾਜ਼ ਅਸੀਂ ਪਿਆਰ ਨਾਲ ਪੁੱਛਾਏ ਮੇਰੀਆਂ ਧੀਆਂ ਨੂੰ ਰੋਂਦਾ ਰਹੇ ਆਓ ਬਿਸਮਿਲ੍ਲਾ ਮੇਰੇ ਇੱਜ਼ਤ ਵਾਲਾ ਵੀਰ ਵੀ ਆ ਗਏ ਮਜ਼ੀਦ ਇੱਕ ਦੋ ਸਤਰਾਂ ਛੁੜੇ ਨਾ ਇੱਕ ਵੈਨ ਕਰਕੇ ਮੈਂਬਰ ਬਾਬਰਾਂ ਦੇ ਹਵਾਲੇ ਆਓ ਬਿਸਮਿਲ੍ਲਾ ਪਾਲਣ ਵਾਲੀ ਮਾਂ ਸੇਰਾ ਪਾਇਆ ਥੋੜੇ ਬੰਦੇ ਆਏ ਕੀਤੀ ਮੈਂ ਆਖਿਆ ਪਾਲਣ ਵਾਲੀ ਮਾਂ ਸੇਰਾ ਪਾਇਆ ਬੇ ਔਲਾਦ ਫੁੱਫੀ ਕਮਰ ਬੰਦ ਬਥਾ ਲਾਹੌਰ ਵਾਲੀ ਸੈਨ ਗਾਨਾ ਆਏ ਤੇ ਲੱਗਦਾ ਕੁਝ ਨਾ ਸ਼ਬੀਰ ਦੇ ਕਦਮ ਆਏ ਸਯਦਾ ਦੇ ਕੇ ਸੇਰਾ ਪਾਇਆ ਮੈਂ ਕੋਈ ਯਾਦ ਨਹੀਂ ਮੈਂ ਕੀਤਾ ਕਈ ਗਾਨਾ ਵਧਾਏ ਹੁਣ ਮੈਂ ਅਕਬਰ ਨੂੰ ਬਣਾਉਣੀ ਹੈ ਪੱਗ ਪੱਗ ਦੇ ਪੇਚ ਵਲੈਂਦਾ ਹੈ ਸ਼ਬੀਰ ਕੁਰਾਨ ਪੜ੍ਹਦਾ ਹੈ ਅਰਬ ਦਾ ਦਸਤੂਰ ਹੈ ਬਾਬਾ ਜੀ ਯਕੀਨ ਕਰਾਏ ਬਈ ਕਮਰਾਨ ਇਹ ਅਮਾਮਾ ਗੋਲ ਵਲੈਂਦੇ ਹਨ ਸਯਦਾ ਦੇ ਅਕਬਰ ਦੀ ਮਾਂ ਤੇ ਬਹਿਣਾ ਕੰਡ ਕਰੋ ਮੈਂ ਪੱਗ ਮੁਕੰਮਲ ਕਰਨੀ ਹੈ ਮਾਮਾ ਬਹਿਣਾ ਕੰਡ ਕੀਤੀ ਹੈ ਸ਼ਬੀਰ ਪੜਿਆ ਇਨਾ ਲਿਲਾ ਹੈ ਸਕੀਨਾ ਮਦੀਨੇ ਦਾ ਮੋਹ ਕਰਕੇ ਦੀ ਸੁਗਰਾ ਹੁਣ ਤੇਰੀ ਆਪਣੀ ਕਿਸਮਤ ਆਈਆਂ ਬੈਠੀਓ ਸੀ ਅੰਡੂ ਮਾਵਾਂ ਬਚੜੇ ਦੀਆਂ ਮੁਖਾਨ ਥੱਲੇ ਅੱਲਾ ਗਵਾਏ ਅਲੀ ਅਕਬਰ ਦਾ ਟੁਰਨਾ ਕੋਈ ਸੌਖੀ ਬਾਤ ਨਹੀਂ ਅਠਾਰਾਂ ਵੀ ਦੇ ਕਿ ਬਲਾ ਜਾਫਰ ਨਾਲ ਕੰਮ ਤੋਂ ਕੰਮ ਨਾ ਹੋ ਕੀ ਦਫ਼ਾ ਚੜਾਵਿਆ ਵੱਤ ਆਖਿਆ ਲਹਿਆ ਮੇਰੀ ਦੀਦ ਮੁੱਕਦੀ ਪਈ
ਅੱਲਾ ਗਵਾਹ ਅਕਬਰ ਦਾ ਜ਼ੀਨ ਚਾਉਣਾ ਅਗਲੇ ਲਫ਼ਜ਼ ਛੋੜ ਦਿੱਤੇ, ਕਹੇ ਦਾ ਵਹਿਣਾ ਹੈ ਬਰਬਾਦ ਮਦੀਨਾ, ਕਹੇ ਦਾ ਵਹਿਣਾ ਸੁਣੇ ਇੱਕ ਬੀਬੀ ਹੈ ਜਿਹਦੇ ਹੱਥਾਂ ਤੇ 6 ਮਹੀਨਿਆਂ ਦਾ ਪੁੱਤਰ ਹੈ ਤੇ ਆਦੀ ਅੱਖੀ ਖੋਲ ਬਿਰਾਵਾਂ ਦੇ ਬਦਲੇ ਬਿਰਾ ਲੈ, ਜਵਾਨ ਹੋਵੇ ਆ ਜਿਨ੍ਹਾਂ ਹੁਣ ਤਾਈਂ ਹਾਏ ਨੇ ਕੀਤੀ ਜੁਮਲੇ ਦਾ ਸਵਾਬ ਜ਼ਾਕਿਰ ਚੌਧਰੀ ਗੁਜ਼ਲਫਰ ਬਾਸ ਗੋਂਦਲ ਉਹਨਾਂ ਦੇ ਰੂਹ ਨੂੰ ਪਹੁੰਚੇ, ਉਹ ਪੜ੍ਹਦੇ ਉਹਨਾਂ ਨੇ ਮਦਰ ਯਕੀਨ ਕਰਾਏ ਤ੍ਰਿਜੇ ਕੈਨਾਤ ਕੋਲ ਅਲੀ ਅਕਬਰ ਦਾ ਘੋੜਾ ਗੁਜ਼ਰਾਏ, ਜੇ ਸ਼ਾਮ ਦਾ ਕਹਿੰਦੀ ਉਠਾਈਏ ਵਤ ਬੈਠੇ ਤੇ ਇੰਜੇ ਹੱਥ ਵਧਾ ਕੇ ਦੇ ਮੈਨੂੰ ਵੀ ਮਿਲਦਾ ਵਾ, ਮੈਂ ਵੀ ਤੇਰਾ ਭਰਾ ਹਾਂ, ਤੂੰ ਸੰਸਾਰ ਕਰਬਲਾ ਦੇ ਸ਼ਹੀਦ ਹੋ, ਮੈਂ ਹਰ ਮੋੜ ਤੇ ਕੁਸਣਾ ਹੈ। ਜਿਹਦਾ ਸੀਨਾ ਦੁੱਖ ਬੰਦਾ ਮਾਤਮ ਨਾ ਕਰੇ, ਦੋ ਸ਼ਹੀਦ ਜਿਹਨਾਂ ਦੇ ਲਹਾਨ ਤੇ ਬੀਬੀਆਂ ਪੁੱਤਰਾਂ ਦਾ ਮਾਤਮ ਕੀਤਾ, ਇੱਕ ਹੁਸੈਨ ਦਾ ਸੋਹਣਾ ਪੁੱਤਰ ਅਲੀ ਅਕਬਰ, ਇੱਕ ਅਲਮਾਲਾ ਅਬਾਸ। ਅਲੀ ਅਕਬਰ ਦਾ ਘੋੜਾ ਟੁਰੇ, ਸ਼ਬੀਰ ਨਾਲ ਟੁਰਨਾ ਸ਼ੁਰੂ ਕੀਤਾ, ਅਲੀ ਅਕਬਰ ਦਾ ਘੋੜਾ ਤੇਜ਼ ਹੋਏ, ਸ਼ਬੀਰ ਤੇਜ਼ ਕਦਮ ਚਾਇਨ, ਸ਼ਲਾਕਿਆ ਲਿਓ ਜਾਂਦੇ ਹਰ ਘਰ ਤੇ ਅਲਮ ਲੱਗੇ ਹੋਏ ਨੇ, ਇਸ ਵੱਡੇ ਸਬਰ ਕੀਤੇ ਨਾ ਹਕਲ ਮਾਰ ਕੇ ਦੇ ਅਕਬਰ ਵਾਗਰੋ ਕੁਰਾਨ ਝੰਡਾ ਦੇ। ਅਲੀ ਅਕਬਰ ਦਿੱਠਾ ਹੈ ਬਾਬਾ ਰੋਂਦਾ ਹੀ ਹੈ ਤੇ ਸੈਯਦਾ ਦੇ ਹੁਣ ਵਾਂਝ ਵਾਦੋ ਹੋਇਆ ਨਾ ਸੜੇ ਸਾ, ਨਾ ਤੇਰੇ ਪਿੱਛੋਂ ਸਬੰਧਾ ਵੇਖਾ ਜਾਂਦੀ ਹਾਏ ਨੀ ਨਿਕਲਦੀ। ਅਲੀ ਅਕਬਰ ਦਾ ਘੋੜਾ ਦੌੜਦਾ ਪਿਆ, ਸ਼ਬੀਰ ਦੇਦਾ ਖੜਾ, ਅੱਖਾਂ ਵਸਦੀਆਂ ਪਈਆਂ ਨਾ, ਗਾਜ਼ੀ ਸਰ ਤੂੰ ਅਮਾਮਾ ਲਹਾਇਆ, ਸ਼ਬੀਰ ਦੇ ਕਦਮਾਂ ਤੇ ਰੱਖਿਆ ਤੇ ਹੱਥ ਬੰਨ ਕੇ ਆਦਾ, ਕਿਉਂ ਟੁਰਦੇ ਪੁੱਤਰ ਦੀ ਕੰਢ ਡੇਦਾ, ਸੜ ਮਾਰ ਕੇ ਪੋਤਰ ਵਲਾ ਚਾ, ਮੇਰੇ ਫਜ਼ਲ ਨੂੰ ਟੋਰ ਚਾ, ਮੌਤ ਦੇ ਪਾਸੇ ਲਾਏ ਸੋਹਣਾ ਪੋਤਰ ਵਾ ਵਾ, ਹਾਏ ਕਰ ਕੇ ਰੋਣਾ ਰਤ ਰੋਣਾ ਲੈ ਇਮਾਮ ਦੀ ਸੁਨਾ ਤੇ ਜੇਨ ਕਰਬਲਾ ਸ਼ਰ ਚਾਵੇ ਵਹਿਣ ਦੇ ਕਰੇ, ਜਿਤਨੇ ਤਈ ਬਚੜੇ ਦੀ ਕਣ ਦਿਸਦੀ ਰਹੀ, ਹੁਸੈਨ ਵੇਦਾ ਰਹੇ। ਜਦੋਂ ਫੌਜਾਂ ਚ ਘੋੜਾ ਲੁਕ ਗਈਏ, ਹੁਸੈਨ ਇੰਜ ਵਲਿਆ ਜਿਵੇਂ ਮਾਲੀ ਕੋਈ ਬਾਗ ਉਜਾੜ ਕੇ ਵੱਲਦੇ, ਕਹਿ ਪਾਸੋਂ ਆਵਾਜ਼ ਆਵਿਆ ਅੱਲਾਹ ਅਕਬਰ, ਜਿਨ ਤੇ ਅਲੀ ਅਕਬਰ ਦਾ ਘੋੜਾ ਵੰਜਿਆ, ਸ਼ਬੀਰ ਦੀ ਦੀਦ ਅਕਬਰ ਤੇ, ਰੋ ਰੋ ਕੇ ਆਖੇ ਨਾ ਅੱਜ ਤੁਸਾ ਨਾ ਹੋਵੇ ਹਾ, ਇੰਜ ਕਰਕੇ ਜ਼ਿਨ ਕਰਵਲਾਈ ਤੇ ਸਰ ਚਵੇ ਇੰਜ ਕਰਕੇ ਬਚੜੇ ਕੁੜੇ ਦਾ ਖੜੇ ਖੜੇ ਜਾਂ ਬੈਠਿਓ, ਹਾਇਦ ਵੀ ਕੀਮਤ ਹੈ, ਜਿਨ ਤੇ ਅਲੀ ਅਕਬਰ ਦਾ ਘੋੜਾ ਵਹਿੰਦੇ, ਸ਼ਬੀਰ ਦੀ ਦੀਦ ਘੋੜੇ ਤੇ, ਦਰਵਾਜ਼ੇ ਤੇ ਜਨਾਬ ਫਿਜ਼ਾ, ਕੈਨਾਤ ਦੇ ਅੰਦਰ ਅਲੀ ਦੀ ਧੀ, ਅੰਮਾ ਕਿਵੇਂ ਪੈ ਨਿਭਦੀ, ਬੀਬੀ ਅਦੀ ਬਹੁ ਸੋਹਣਾ ਵਾ ਲੜਦਾ ਹੀ ਕਲਾਂਤੀ ਡੋਖਾ ਦਿੱਤਾ, ਜਿਵੇਂ ਦੇ ਦਾ ਖੜਾ ਹਾਇਦ ਵੀ ਕੀਮਤ ਹੈ, ਹਾਏ ਨੀ ਕਰੇ ਜਿਵੇਂ ਜਨਾਜ਼ੇ ਉੱਠੀਂਦੇ ਨੇ, ਜਿਵੇਂ ਦੇ ਦਾ ਖੜਾ, ਪਿਓ ਦੇ ਕੰਨਾਂ ਤੇ ਆਵਾਜ਼ ਪਹੁੰਚੀ ਹੈ ਬਾਬਾ ਮੈਂ ਲਹਿ ਗਿਆ, ਤੁਸਾਂ ਹਾਏ ਕੀਤੀ ਸ਼ਬੀਰ ਰੇ ਤੇ ਹੱਥ ਮਾਰ ਕੇ ਦੇ ਕਿਥ ਲੱਥਾ ਹੈ, ਮੇਰੀ ਦੀਦ ਮੁੱਕ ਗਈ, ਦਰਵਾਜ਼ੇ ਤੇ ਜਨਾਬ ਫਿਜ਼ਾ ਜਣੀ, ਕੈਨਾਤ ਦੇ ਅੰਦਰੋਂ ਅਲੀ ਦੀ ਧੀ, ਅੰਮਾ ਖੈਰ ਤਾਂ ਹੈ, ਬੀਬੀ ਆਦੀ ਮੈਂ ਝੋਲੀਆਂ 'ਚ ਪਲੇਂਦੀ ਰਹੀ ਹਾਂ, ਰਫਤਾਰ ਤੂੰ ਪਤਾ ਲੱਗਦਾ ਹੈ ਅਕਬਰ ਲਹਿ ਗਿਆ ਸਰ, ਬੀਬੀ ਆਦੀ ਮਿੰਨਤ ਲਾ, ਇੱਕ ਵਾਰੀ ਆਕ ਬੇਨ ਸਦੇਂਦੀ ਹੈ, ਸੈਦ ਅਸਮਾਨ ਤੋਂ ਦੇਖ ਕੇ ਅੱਲਾ ਮੈਂ ਅਕਬਰ ਟੋਰ ਬੈਠਾ, ਉੱਤੋਂ ਆਵਾਜ਼ ਆਈ ਅਕਬਰ ਜਾਣੇ ਮੈਂ ਖਾਲਿਕ ਵੰਜਣਾ, ਭੀਣ ਬੁਰਕਾ ਪਾ ਕੇ ਦਰ ਤੇ ਆਈ ਖੜੀ, ਜਿਨ੍ਹਾਂ ਦੀ ਹੁਣ ਤਾਈਂ ਹਾਏ ਨੀ ਨਿਕਲੀ, ਦੁਆ ਮੰਗੋ, ਛਲ ਕਹਿੰਦੇ ਜਵਾਨ ਨਾ ਮਰੇ, ਬਾਬਾ ਜੀ ਜਵਾਨ ਮਰ ਵਜੇ ਪਿਉ ਨਹੀਂ ਖੜ ਸਕਦਾ, ਭੀਣ ਦੇ ਖੇਮੇ ਬਿਰਾਂ ਤੋਂ ਦੇਖ ਕੇ ਆਦੀ ਮੇਰਾ ਅਕਬਰ ਸੈਦਾ ਦਾ ਲੈ ਗਏ, ਮੇਰੀ ਦੀਦ ਮੁੱਕ ਗਈ, ਤੁਸਾਂ ਚੁੱਪ ਕਰ ਗਏ, ਆਦੀ ਆਖੇ ਹੱਥ ਨੱਪ ਕੇ ਅਕਬਰ ਦੀ ਲਾਸ਼ ਤੇ ਲੈ ਵਜਾਂ, ਸੈਦਾ ਦਾ ਇੱਕ ਭਾਵੇਂ ਲੱਖ ਹੋਣ ਮੈਨੂੰ ਤੇਰਾ ਬੁਰਕਾ ਢੇਰ ਪਿਆਰਾ ਹੈ, ਜਿਨ੍ਹਾਂ ਆਏ ਕਿ ਤੇਰੇ ਕੋਲ ਪੁੱਛਦਾ ਜਿਹਨੂੰ ਬੁਰਕਾ ਇਤਨਾ ਪਿਆਰਾ ਹੀ, ਅੱਲਾ ਜਾਣੇ ਸ਼ਾਮੇ ਗਰੀਬਾਂ ਲਈ ਰਾਤ, ਬੀਬੀ ਆਦੀ ਹੀਕਾ ਮਿੰਨਤ ਲਾਵੇ ਮੈਨੂੰ ਬਛੜਾ ਜੀ, ਸੈਦਾ ਦਾ ਵਾਦ ਹੋਇਆ ਲਫ਼ਜ਼ ਖਤਮ, ਥੋੜਾ ਜਿਹਾ ਵਾਦ ਲਵੇ ਮੈਦਾਨ ਕਰ ਬਲਾਚਨ ਡਿੱਠਣ, ਬਾਬਾ ਜੀ ਇਵੇਂ ਪੜ੍ਹਦੇ ਨੇ ਬਜ਼ੁਰਗ ਬਈ ਕਾਮਰਾਨ ਫਕੀਰ ਹੈ, ਜਿਹੜਾ ਸਰ ਤੇ ਕਲਸਾ ਮਾਰ ਕੇ ਦੌੜਦਾ ਹੈ ਜਵਾਨ, ਸੈਦਾ ਦਾ ਕੋਈ ਤੂੰ ਵੀ ਜਵਾਦ ਹੈ ਮੇਰਾ ਨਾਂ ਜਿੰਦਾ ਵੀ ਆ ਬਹੁਤ ਸੋਹਣਾ, ਸੈਦਾ ਦਾ ਨਿਸ਼ਾਨੀਆਂ ਮਿਲਾ ਦਾ, ਪਹਿਲੀ ਨਿਸ਼ਾਨੀ ਸਮੰਦ ਘੋੜੇ ਦਾ ਸਵਾਰ, ਸੈਦ ਬਹਿ ਪਾਸੇ ਮੂੰਹ ਕਰਕੇ ਉਹਦਾ ਰਕਾਬ ਨੱਪ ਕੇ ਚੜਾਇਆ, ਆ ਤਾਂ ਦੂਜੀ ਨਿਸ਼ਾਨੀ ਸੋਹਣਾ ਬਹੁ ਹਾਂ, ਤਾਜ਼ੀ ਮਸ ਪਹਿਲਾਂ ਦੀ ਆ ਸੈਦਾ ਦੇ ਤੈ ਕਿਵੇਂ ਡਿੱਠਾ ਦਾ ਜੰਗ ਕਰੇਂਦਾ ਵਾ, ਚਾਲਕ ਮੈਂ ਉਹਦੇ ਹੱਥ ਵਿੱਚ, ਮੈਂ ਆਖਿਆ ਲਾ ਜਿਹਦੇ ਹੱਥ ਦੇ ਸੋਹਣੇ ਆਪ ਕੇ ਦਾ ਸੋਹਣੋ, ਮੈਂ ਆਖਿਆ ਜਵਾਨ ਜਵਾਨੀ ਦਾ ਵਾਸਤੇ ਮੈਨੂੰ ਚਿਹਰੇ ਦੀ ਜ਼ਿਆਰਤ ਕਰਾ, ਆਦਾ ਸਖੀ ਪਿਓ ਦਾ ਪੁੱਤਰਾ, ਜਿਹੜੀ ਜੰਗ ਜੁੜੀ ਹੋਈ ਆਈ ਘੋੜੇ ਦੀ ਵਾਗ ਮੁੜੇਂਦਾ, ਚਿਹਰੇ ਤੂੰ ਨਕਾਬ ਹਟੇਂਦਾ, ਡਿੱਠਾ ਜਵਾਨ ਦੀਆਂ ਅੱਖੀਂ ਸਾਵਣ ਬਦਲ, ਮੈਂ ਆਖਿਆ ਜਵਾਨ ਮੌਤ ਤੂੰ ਘਬਰਾ ਗਿਆ, ਆਦ ਨਹੀਂ ਤੂੰ ਰਾਜ ਰਾਜ ਵੇਖੀਂਦੇ ਵੇਖਣ ਵਾਲੀ ਮਦੀਨ ਰਹੇ,
ਜਿਹੜੀ ਆਦੀ ਆਈ ਜਦਾ ਸਿਰ ਪਾਵੇ ਜ਼ਰੂਰ ਵਾਹ ਜਿਹੜੇ ਜਵਾਨ ਵਾਲੀ ਅਕਬਰ ਦੀ ਜੁੱਤੀ ਦਾ ਸਦਕਾ ਜਵਾਨੀ ਆਵਾਣ ਸਾਡੇ ਅਗਲੀ ਨਿਸ਼ਾਨੀ ਹੈ ਗੁਲਾਬੀ ਪੱਗ ਬੱਧੀ ਸ਼ਬੀਰ ਫਰਮੈਂ ਦਿਲ ਮੈਂ ਸਫੈਦ ਬਣਾਈ ਸਯਦਾ ਦੇ ਮੇਰਾ ਪੋਤਰਾ ਬੰਦਾ ਵੇਖਾਂ ਜਿਹੜਾ ਹੁਸੈਨ ਦੇ ਅਲੀ ਅਕਬਰ ਦੀ ਗੁਰਬਤ ਤੇ ਹਾਏ ਨਹੀਂ ਕਰ ਸਕਦਾ ਫਕੀਰਾ ਦਾ ਇੱਤੇ ਦਾ ਇੱਤੇ ਤੇਰੇ ਨਾਲ ਰੁੱਸ ਪਿਆ ਸਯਦਾ ਦੇ ਵਜ੍ਹਾ ਕਿਆ ਹੈ ਫਕੀਰਾ ਦੇ ਜੇ ਪੋਤ ਗਈ ਮਰਾਵਣ ਦਰਾ ਦੇ ਉਹਦੇ ਨਾਲ ਸਯਦਾ ਦੇ ਬਚੜਾ ਨਾ ਦੇਵਾ ਨਾਲੇ ਦਾ ਦੀਨ ਨਹੀਂ ਬਚਦਾ ਕਲਮਾ ਤੇ ਟੱਕਰ ਮਾਰ ਕਿਆ ਦੇ ਦੀਨ ਦੇ ਦਾਵੇ ਜੋ ਕਰੇ ਲੈ ਤੂੰ ਕੋਈ ਹੁਸੈਨ ਸਯਦਾ ਦੇ ਮੈਨੂੰ ਸੁਣਾ ਮੈਂ ਅਕਬਰ ਦਾ ਤਸ ਮਰਹਬਾ ਹੱਥ ਬਣੇ ਬਤੂਲ ਦੇ ਪੁੱਤਰਾਂ ਦੇ ਮਾਤਮ ਵਾਸਤੇ ਨਾ ਸਯਦਾ ਦੇ ਆ ਮੈਂ ਤੈਨੂੰ ਗਵਾਈ ਗਿਣਾ ਦੇਵਾਂ ਈ ਜੁਮਲੇ ਦਾ ਸਵਾਬ ਮੇਰੇ ਚਾਚਾ ਜਾਨ ਜ਼ਾਕਰ ਮਲਕ ਖੁਰਸ਼ੀਦ ਅਬਾਸ ਪੌੜਨਾ ਦੇ ਰੋਣ ਪਹੁੰਚਣ ਬਾਬਾ ਜੀ ਪੜਦੇ ਹੁੰਦੇ ਆਏ ਜਦਾਂ ਸ਼ਬੀਰ ਦਿੱਥੇ ਬਚੜਾ ਤੜਫਦਾ ਪਿਆ ਸ਼ਾਲਾ ਸ਼ੀਆ ਨਾ ਹੋਏ ਜਾਂਦਾ ਸਾਰੀ ਅਸੀਨੇ ਤੇ ਹੱਥ ਨਾ ਹੋਵੇ ਸ਼ਬੀਰ ਕੰਡ ਕੀਤੀ ਏ ਫਕੀਰਾ ਦਾ ਉਦਵਾ ਦਾ ਪੋਤਰੇ ਉਦੋਂ ਲਾਸ਼ ਤੇ ਵਾਹਦਾ ਲੈ ਸਯਦਾ ਦਾ ਜੇ ਤਾਈ ਖੈਮੇ ਆਈ ਉਤਨੇ ਤਾਈ ਮੈਂ ਰਹੀ ਉਹਦੇ ਕੋਲੋਂ ਪੁੱਛਦਾ ਖੜਾ ਇਜਾਜ਼ਤ ਮੈਂ ਅਕਬਰ ਦੀ ਲਾਸ਼ ਤੇ ਵੰਜਿਆ ਜਬਰੀਲ ਦਾ ਤਾਜ ਲੱਥੋਇਆ ਮੋਢੇ ਲਾ ਕੇ ਦਾ ਸ਼ਬੀਰ ਅੱਲਾ ਪਿਆ ਦਾ ਮੇਰਾ ਅਰਸ ਜ਼ਮੀਨ ਤੇ ਆਦਾ ਪਿਆ ਮੁਸਾਫਿਰ ਸਮਝ ਕੇ ਚਾ ਬੇਵਤਨ ਸਮਝ ਕੇ ਵਾਹਵਾ ਇਹ ਹਾਕਾ ਜਿਵੇਂ ਹੈ ਕੀਤੀ ਗਈ ਮੁਸਾਫਿਰ ਸਮਝ ਕੇ ਚਾ ਬੇਵਤਨ ਮਰਹਬਾ ਬਿਸਮਿਲਾ ਕਰਾ ਆਪਣੇ ਦੁੱਖਾਂ ਚ ਕਰਾਈ ਹਾਏ ਨਾ ਕਰੇ ਸਯਦਾ ਦੇ ਬੋਲ ਬਾਬਾ ਮਿਲਣਾ ਹੈ ਹਾਏ ਆਦੇ ਬਾਬਾ ਮੇਰੇ ਸਲਾਮ ਸਯਦਾ ਦੇ ਅੱਗੇ ਨੂੰ ਮੱਥਾ ਨਾਲ ਇੱਕ ਨਾਲ ਗਰੀਬ ਸਮਝਾਈ ਆਦਿਨ ਬਾਬਾ ਹੱਥ ਲੈ ਜ਼ੁਲਮ ਦਾ ਸਮਾਨ ਆਖਰੀ ਵੈਨ ਸਯਦਾ ਦੇ ਹੱਥ ਜੇ ਬਰਛੀ ਮਾਰੀ ਹੁੰਦੀ ਆਪਣੀ ਔਲਾਦ ਕੋਈ ਨਾ ਆਖਰੀ ਮਾਤਮੀ ਤਾਈ ਸਾਰੇ ਸਰ ਦਾ ਪੁਰਸਾ ਦੀ ਬਾਬਾ ਏਕਾ ਦਾ ਹੀ ਕੱਢ ਲਾ ਦੂਜਾ ਦਾ ਨਹੀਂ ਕਰਨਾ ਸੁਣਦੇ ਰਲਿਆ ਵੱਡਾ ਸਾਬਿਰ ਸਯਦਾ ਦੇ ਮੈਂ ਸਬਰ ਵੀ ਖਾਵਾ ਮੈਂ ਤੇਰਾ ਜਿਗਰ ਵੇਖਾ ਜੇ ਮਨ ਦੀ ਹਾਏ ਨੇ ਨਿਕਲਦੀ ਆਦਾ ਬਾਬਾ ਬਿਸਮਿਲਾ ਪਰ ਮਿਲਤ ਕਰੇ ਨਾ ਨਜਫ ਚੋ ਮੇਰਾ ਦਾਦਾ ਬੁਲਾ ਬਕੀਆ ਚੋ ਮਾਂ ਬੁਲਾ ਸਯਦਾ ਦਾ ਸਾਰੇ ਆਇਆ ਅਕਬਰਾ ਦੇ ਉਹ ਵੀ ਆਇਆ ਜੇ ਹੱਥ ਪੈਰ ਮਰਵਾਇਆ ਸਯਦਾ ਦਾ ਆਇਆ ਖੜਾਇਆ ਦੇ ਬਾਬਾ ਮਿਲਤ ਲਾਓ ਮੇਰਾ ਰੁੱਖ ਨਹੀਂ ਫਿਰ ਜਿਹੜੇ ਪਾਸੇ ਸਮਾਈਲ ਖੜਾ ਹੈ ਅਕਬਰਾ ਦਾ ਤੈਨੂੰ ਵੇਲਾ ਯਾਦ ਹੋ ਸੀ ਜਦਾ ਬਾਬਾ ਮਿਲਾਓ ਤੇ ਮਗਾਮ ਲੈ ਗਿਆ ਤੇਰੇ ਹੱਥ ਪੈਰ ਬੰਦਿਆ ਅੱਖਾਂ ਤੇ ਬੱਟੀ ਸ਼੍ਰੀ ਚਲਾਵਣ ਦਾ ਇਰਾਦਾ ਕੀਤਾ ਵੇ ਤੂੰ ਬਚ ਗਿਆ ਵੇ ਦੁੰਬਾ ਜ਼ਿਬਾ ਹੋ ਗਿਆ ਘਰ ਗਿਆ ਵੇ ਤੇਰੀ ਮਾਂ ਹਾਜ਼ਰਾ ਗੱਲੇ ਤੇ ਛੁਰੀ ਦਾ ਨਿਸ਼ਾਨ ਦਿਖਾਈ ਜ਼ਮੀਨ ਤੇ ਡੱਠੀ ਆਈ ਤੇ ਮਰ ਗਈ ਆਈ ਆਪਣੀ ਮਾਂ ਦਾ ਸਬਰ ਦਿਖਾਈ ਆ ਮੇਰੀਆਂ ਬੇੜੀ ਦਰੇਖ ਓ ਮੇਰੀ ਸਕੀਨਾ ਦੇ ਵਾਲ ਖੁੱਲੇ ਹੋਏ ਆਦਿ ਅਕਬਰ ਆਖੇ ਤਾਂ ਮੈਂ ਬਾਹਰ ਰੋਵੇ ਉਹ ਜਿਹਨਾਂ ਨੁਕਸਾਨ ਹੋਇਆ ਆਪਣੀ ਮਾਂ ਦਾ ਸਬਰ ਜਿਠਾਇਆ ਮੇਰੀਆਂ ਬੇਣੀ ਦਰੇਕ ਆਖਰੀ ਵੈਨ ਸਯਦਾ ਦੇ ਮੇਰੇ ਨਾਲ ਹਿਮਾਇਤ ਕਰ ਆਦਾ ਚੌਕੀ ਮਾਇਤ ਕਰਨ ਜੋਗਾ ਸਯਦਾ ਦੇ ਹੋਰ ਕਈ ਨਹੀਂ ਉੱਠ ਪਾ ਮੇਰੇ ਗੱਲ ਚ ਬਾਈ ਪਾ ਮੈਂ ਤੇਰੀ ਕਮਰ ਚ ਬਾਵਾਂ ਪੈਂਦਾ ਕੁਝ ਦੂਰ ਤੁਸਾਂ ਲਾਓ ਕੁਝ ਮਹਿਲੇ ਨਾ ਮੈਂ ਬੇੜੀ ਨਾਲ ਵਾਦਾ ਕਰ ਆਇਆ ਤੁਹਾਨੂੰ ਜੀਂਦਾ ਮਿਲਸਾ ਉੱਠੇ ਸੰਦਾ ਨਾਲ ਸੱਜੇ ਮੋਢੇ ਤੇ ਅਕਬਰ ਦਾ ਸਾਰ ਇੱਕਦਮ ਚਾਵੇ ਨਾਖਨਾ ਦਸਾ ਤਬੀਆ ਦਾ ਕੀ ਹਾਲ ਆਦਨ ਬਾਬਾ ਹੋਲ ਤੁਰੋ ਮੈਦੋ ਖੈਰ ਮਤਾ ਜਾਣ ਪਾਓ ਸ਼ਬੀਰ ਤੇਜ ਕਦਮ ਚੇਨੇ ਅਕਬਰਾ ਦੇ ਬਾਬਾ ਵਜਾ ਗਿਆ ਸਯਦਾ ਦੇ ਮੈਂ ਬੇੜੀ ਨਾਲ ਵਾਦਾ ਕਰ ਆਇਆ ਬੇੜੀ ਦਾ ਨਾ ਆਇਆ ਅਕਬਰ ਨੀ ਬਾਬਾ ਪਿਓ ਦੇ ਗਲ ਚੋ ਛੁੱਟਣ ਲੱਗ ਪਈਆਂ ਆਦੇ ਬੇੜੀ ਵੇ ਪਿਆਰੀਆਂ ਜਿਵੇਂ ਤੁਹਾਨੂੰ ਉਹ ਵੀ ਭੈਣਾਈ ਜਿਹੜੀ ਖੱਲੇ ਹੋਏ ਉੱਠ ਜਿਹੜੀ ਆਦੀ ਆਈ ਜਦਾ ਸਿਹਰਾ ਪਾਵੇ ਵਾਹ ਵਾਹ ਸਾਰੇ ਸਰ ਦਾ ਪੁਰਸਾ ਦਿਵਾ ਹੈ ਪਹਿਲੀ ਕਲਾ ਤਬੂਰ ਕੀਤੀ ਹੈ ਅਕਬਰ ਦਾ ਸਰ ਪਿਓ ਦੇ ਮੋਠਾ ਤੁਲਾਵਾ ਲੱਗੀ ਹੈ ਜਿੱਕੀ ਜੇ ਯਾਦ ਸਮਾ ਕਿਆ ਦਿਨ ਜਿੰਨਾ ਮਿਲਣਾ ਹੈ ਜੀਂਦੇ ਹਾਏ ਵੋ ਨਾਨਕ
ਹੁਣ ਜਲਦੀ ਜਲਦੀ ਆਓ ਮੇਰਾ ਨਹੀਂ ਬਚਦਾ। ਆਖਰੀ ਸਤਾਰ ਬੀਬੀਆਂ ਆਈਆਂ ਜਿਵੇਂ ਤਰਸਾ ਪਾਣੀ ਦਵਾਉਂਦਾ ਆਖਰੀ ਵੈਣ ਅੱਗੇ ਅੱਗੇ ਉਹ ਟੁਰਦੀ ਆਉਂਦੀ ਏ ਜਿਹਨੂੰ ਟੁਰਨ ਦਾ ਡਾ ਨਹੀਂ ਆਉਂਦਾ ਉਹ ਆਇਆ ਹੀ ਨਹੀਂ ਜਾਂਦੀ ਹਾਏ ਨਾ ਨਿਕਲੇ ਬਾਈ ਮਦਾਰ ਅੱਲਾ ਗਵਾਇਆ ਆਉਂਦੀ ਜਾ ਤੇ ਅਲੀ ਦੀ ਧੀ ਦੇ ਕਦਮ ਰੁਕ ਗਏ ਮਾਂ ਦੇ ਪਿੱਛੇ ਛੁੱਪ ਗਈ ਏ ਦਈ ਆਦੀ ਵਹਿੰਦੀ ਕਿਉਂ ਨੇ ਆਦੀ ਅੱਲਾ ਦੇ ਨਾਂ ਤੇ ਪੁੱਛਦੇ ਅਕਬਰ ਦੀ ਲਾਸ਼ ਤੇ ਜ਼ਈਫ ਸਯਦਾ ਮੈਂ ਹੁਸੈਨ ਮੇਰੀ ਦੀਦ ਮੋਤ ਵਾਹਵਾ ਜਿਹੜੇ ਮਾਤਮੀ ਹੋ ਸਾਰੇ ਹੱਥ ਚਾਓ ਜਿਹੜੇ ਮਾਤਮੀ ਹੋ ਸਾਰੇ ਮਾਤਮੀ ਬੈਠੇ ਹੋ ਜਿਹੜਾ ਇੱਕ ਹੱਥ ਨਾਲ ਮਾਤਮ ਕਰੇ ਉਹ ਵੀ ਮਾਤਮੀ ਬੋਲੋ ਜਿਹੜਾ ਦੋ ਹੱਥ ਨਾਲ ਮਾਤਮ ਕਰੇ ਉਹ ਵੀ ਮਾਤਮੀ ਜਿਹੜਾ ਚਾਕੂ ਚਲਾਵੇ ਉਹ ਵੀ ਮਾਤਮੀ ਅੱਲਾ ਗਵਾਏ ਜਦਾ ਅਕਬਰ ਲੱਥਾ ਏ ਬੀਬੀਆਂ ਪੱਥਰਾਂ ਦਾ ਮਾਤਮ ਅਲੀ ਅਕਬਰ ਦੀ ਮਾਂ ਨੂੰ ਆਂਦਾ ਜਿੱਥਾ ਸ਼ਬੀਰ ਸੱਜਾ ਹੱਥ ਸੀਨੇ ਤੇ ਦਿੱਤਾ ਏ ਰੋ ਰੋ ਕੇ ਦੀ ਜ਼ਹਰਾ ਦਾ ਜਾਇਆ ਅੱਲਾ ਵਸਾਇਆ ਅਕਬਰ ਦੇ ਸੀਨੇ ਤੋਂ ਜ਼ਰਾ ਹੱਥ ਕੋ ਚਾਚਾ ਓ ਮੈਂ ਆਮਲ ਸਾ ਤੂੰ ਬਰਛੀ ਕੱਢ ਗਿਲ ਆਪਣੀ ਲਈ ਜੁੜਦੀ ਤਾਗਾ ਵਾਹ ਵਾਹ ਆਖਰੀ ਵੈਲ ਜਿੰਨਾ ਹੈ ਕੀਤੀ ਮੈਂ ਦੁਆ ਪੇ ਮੰਗਦਾ ਸ਼ਲਕ ਭੈਣ ਦਾ ਕੁਆਰਾ ਬਿਰਾ ਨਾ ਮਰੇ ਬਿਰਾ ਮਰ ਵਜੇ ਅੱਲਾ ਗਵਾਏ ਜਦਾ ਗੁੱਸਾ ਲਾਵੇ ਭੈਣ ਵੱਖਰੀ ਰੋਂਦੀ ਏ ਜਦਾ ਕਫਨ ਮਿਲ ਵਜੇ ਜਦਾ ਜਨਾਜ਼ਾ ਤਿਆਰ ਹੋਵੇ ਮਿੰਬਰ ਤੇ ਖੜਾ ਭੈਣ ਮੋਏ ਬਿਰਾ ਨੂੰ ਸਿਹਰਾ ਪੈਂਦੀ ਏ ਕੰਮ ਨਾਲ ਗੱਡੀ ਦਿੰਦੀ ਏ ਰਿਸ਼ਤੇਦਾਰਾਂ ਨੂੰ ਆਦੀ ਏਕੋ ਆਖੋ ਮੇਰੇ ਨਾਲ ਚੌ ਸਾਲਾਂ ਦੀ ਸਯਦਾ ਦੀ ਸਰ ਦੇ ਵਾਲ ਖੋਲੇ ਰੋ ਰੋ ਕੇ ਦੀ ਅੰਮਾ ਕਾਲੇ ਕੱਪੜੇ ਅੰਮਾ ਕਾਲੇ ਕੱਪੜੇ ਮੈਂ ਕੋ ਪਵਾ ਚਾ ਮੇਰਾ ਵੀਰ ਮਰ ਗਏ ਮੇਰੇ ਦੋਰ ਲਹਾ ਸਾਰੇ ਸਰ ਦਾ ਪੁਰਸਾ ਦੇ ਰੋ ਰੋ ਕੇ ਦੀ ਵਨਿਆ ਕੋਈ ਮਦੀਨੇ ਵਨਿਆ ਕੋਈ ਮਦੀਨੇ ਸਗਰਾ ਕੋ ਆਖੇ ਤੇਰਾ ਵੀਰ ਮਰ ਗਏ ਤਾਂ ਗਲ ਚਾ ਵਨਿਆ ਕੋਈ ਮਦੀਨੇ ਬਿਸਮਿਲਾ ਕਰਾ ਮੈਂ ਬਿਸਮਿਲਾ ਕਰਾ ਬਿਸਮਿਲਾ ਕਰਾ ਇਹ ਭੈਣ ਚੋਲੇ ਭੇਜੇ ਜਿਹੜੀ ਆਦੀ ਆਈ ਹੁਣ ਤਤਲੀਆਂ ਤੇ ਕਿਸ ਤੋਂ ਸੀ ਆਖਿਰ ਤੇ ਉਹ ਬੀਬੀ ਆਈਏ ਜਿਹਦੇ ਹੱਥਾਂ ਤੇ 6 ਮਹੀਨਿਆਂ ਦਾ ਪੁੱਤਰ ਏ ਅਸਗਰ ਨੂੰ ਅਕਬਰ ਦੇ ਨਾਲ ਸਮਾਇਆ ਹੈ ਤੇ ਰੋ ਰੋ ਕੇ ਆਦੀ ਹੈ ਤੇਰੇ ਫਲ ਬਰਛੀ ਦਾ ਅੱਜ ਮੋਲ ਪਾਉਂਦਾ ਹੁੰਦਾ ਮੈਦਾ ਪੁੱਤਰ ਜਵਾਨੇ ਕੇ ਬਿਮਾਰ ਚਲੋ ਸਾਰੇ ਰੋਂਦੇ ਪਿਓ ਭਾਈ ਜਾਨ ਮੇਰੇ ਕੋਲੋਂ ਪੁੱਛੋ ਕਰਬਲਾ ਏ ਮੰਜ਼ਰ ਹਰ ਬੀਬੀ ਦਾ ਸਰ ਜ਼ਖਮੀ ਮਦੀਨੇ ਕਿਹੜੀ ਹਾਲਤ ਏ 7 ਸਾਲਾਂ ਦੀ ਬੁੜੜੀ ਸਾਇਲ ਨਾਨੇ ਦੇ ਰੋਜ਼ੇ ਤੇ ਆਈਏ ਆਦੀ ਨਾਨਾ ਕਈ ਮੇਰੇ ਅਕਬਰ ਦੀ ਖਬਰ ਕਮਰ ਤਾਈ ਬਾਹਰ ਆਇਲ ਆਦੀ ਨਾਨਾ ਤੇਰੇ ਕਫਲ ਤੇ ਖੂਨ ਕਿਉਂ ਹੈ ਸੈਦ ਆਦਾ ਤੇਰੇ ਵੀਰ ਦੀ ਜੱਜ ਤੋਂ ਮੈਂ ਹੁਣ ਆਇਆ ਅੱਜ ਫਜਰ ਕੁਛ ਦੀ ਥਈਏ ਰਾਏ ਚੰਗੀ ਗਈ ਬਿਸਮਿਲਾ ਕਰਾ ਸਾਰੇ ਮਾਤਮ ਕਰੋ ਤੇਰੇ ਵੀਰ ਦੀ ਜੱਜ ਤੂੰ ਮੈਂ ਹੁਣ ਆਇਆ ਅੱਜ ਫਜਰ ਕੁਸ਼ਾ ਅਲਜ਼ਮਤੁ ਲਿਲਾਹ